ਮੇਰੇ ਖਿਆਲ 'ਚ ਨਾ ਪੋਲੀਟਿਕਸ ਵਿੱਚ ਕਦੀ ਨਹੀਂ ਕਲਾਕਾਰਾਂ ਨੂੰ ਆਉਣਾ ਚਾਹੀਦਾ। ਮੇਰਾ ਵੀ ਹੁਣ ਪਿੱਛੇ ਜਿਹੀ ਰੌਲਾ ਪਾ ਦਿੱਤਾ ਸੀਗਾ ਲੋਕਾਂ ਨੇ ਵੀ ਮੈਂ ਲੜ ਰਿਹਾ, ਪਰ ਮੈਂ ਤਾਂ ਕਦੀ ਵੀ ਨਹੀਂ ਲੜ ਰਿਹਾ। ਚਲੋ ਇਹ ਵੀ ਅੱਛਾ ਹੋ ਗਿਆ ਕਿ ਤੁਸੀਂ ਅੱਜ ਮੀਡੀਆ, ਮੈਂ ਰੀਲ ਬਣਾਉਣਾ ਚਾਹੁੰਦਾ ਸੀ ਇਹਦੀ, ਅੱਜ ਮੀਡੀਆ ਸਾਰਾ ਇਕੱਠਾ ਹੋਇਆ, ਕਦੀ ਵੀ ਨਹੀਂ ਲੜਨਾ ਚਾਹੁੰਦਾ। ਉਹਦਾ ਕਾਰਨ ਕੀ ਹੈ ਕਿ ਮੈਨੂੰ ਲੱਗਦਾ ਕਲਾਕਾਰ ਜਿਹੜਾ ਸਮਾਜ ਵਾਸਤੇ ਕੰਮ ਨਹੀਂ ਕਰ ਸਕਦਾ, ਉਹਦੀ ਆਦਤ ਨਹੀਂ ਹੁੰਦੀ, ਉਹਦੇ ਵਾਸਤੇ ਅਲੱਗ ਤਰ੍ਹਾਂ ਦਾ ਇੱਕ ਮਾਇੰਡਸੈਟ ਹੁੰਦਾ, ਅਲੱਗ ਤਰ੍ਹਾਂ ਦਾ ਇੱਕ ਤੁਹਾਡਾ ਜੀਵਨ ਹੁੰਦਾ, ਅਤੇ ਨਾ ਹੀ ਉਹਦਾ ਕੋਈ ਮੈਨੂੰ ਲੱਗਦਾ ਉਹਦਾ ਕੰਮ ਹੀ ਨਹੀਂ ਹੈ। ਕਲਾਕਾਰ ਨੂੰ ਨਹੀਂ ਆਉਣਾ ਚਾਹੀਦਾ। ਮੈਂ ਬਹੁਤ ਕਲਾਕਾਰਾਂ ਨੂੰ ਦੇਖਿਆ, ਮੈਂ ਨਾਮ ਨਹੀਂ ਲਵਾਂਗਾ ਇੱਥੇ, ਕੰਟਰੋਵਰਸੀ ਹੋਏਗੀ, ਬਹੁਤ ਕਲਾਕਾਰ ਜਿਹੜੇ ਆਏ ਨੇ ਈਵਨ ਗੁਰਦਾਸਪੁਰ 'ਚ, ਈਵਨ ਅੰਮ੍ਰਿਤਸਰ 'ਚ, ਇੱਧਰ ਉੱਧਰ, ਪਰ ਉਹਨਾਂ ਨੇ ਕੀਤਾ ਕੁਛ ਨਹੀਂ। ਸੋ ਕਲਾਕਾਰਾਂ ਨੂੰ ਨਹੀਂ ਆਉਣਾ ਚਾਹੀਦਾ, ਉਹੀ ਆਉਣ ਜਿਹੜੇ ਲੋਕ ਕੰਮ ਕਰ ਸਕਦੇ। ਦਰਬਾਰ ਸਾਹਿਬ ਵਾਸਤੇ ਨਿਸ਼ਬਦ ਆ, ਸ਼ਬਦ ਤੋਂ ਇੱਥੇ ਹੋ ਨਹੀਂ ਸਕਦੇ ਕੋਈ ਵੀ, ਅਤੇ ਸ਼ਬਦ ਇੱਥੋਂ ਹੀ ਮਿਲਣਗੇ ਔਰ ਐਨਰਜੀ ਇੱਥੋਂ ਮਿਲੇਗੀ, ਇੱਥੋਂ ਨਿਮਰਤਾ ਜਿਹੜੀ ਹੈ ਉਹ ਇੱਥੋਂ ਮਿਲੇਗੀ, ਸਹਿਜਤਾ ਜਿਹੜੀ ਇੱਥੋਂ ਮਿਲੇਗੀ, ਸਰਲਤਾ ਇੱਥੋਂ ਮਿਲੇਗੀ ਔਰ ਨੀਵੇਂ ਰਹਿਣਾ ਇੱਥੋਂ ਮਿਲੇਗਾ। ਅਤੇ ਇਹਦੇ ਵਾਸਤੇ ਬਾਕੀ ਸ਼ਬਦ ਨਹੀਂ ਹੈ, ਇੱਥੇ ਸਭ ਬਸ ਸਿੱਖਣ ਆਉਂਦੇ ਲੋਕ ਐਨਰਜੀ ਲੈਂਦੇ ਹੈ, ਔਰ ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਪੰਜਾਬ ਦੇ ਜੰਮਪਲ ਹਾਂ। ਪੰਜਾਬ, ਸਾਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਕੀ ਸੀਗੇ, ਉਹ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ, ਗੁਰੂ ਅਰਜਨ ਦੇਵ ਮਹਾਰਾਜ ਦੀ ਕੁਰਬਾਨੀ ਕੀ ਕਹਿੰਦੀ ਹੈ, ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ, ਉਹ ਸਾਨੂੰ ਕਿਰਦਾਰ ਦਿੰਦੀ ਹੈ, ਸਾਨੂੰ ਜੀਣ ਦੀ ਜਾਂਚ ਦਿੰਦੀ ਹੈ। ਸੋ ਇੱਥੇ ਆ ਕੇ ਤਾਂ ਹਮੇਸ਼ਾ ਹੀ ਆਉਣ ਵਾਲੇ ਬਹੁਤ ਸਾਰੇ ਭਾਅ ਜੀ, ਇੱਕ ਗਾਣਾ ਹੁਣ ਹੋਕੇ ਕਰਕੇ ਗਾਣਾ ਆ ਰਿਹਾ, ਫਿਰ ਕਈ ਗਾਣੇ ਹੈ, ਫਿਰ ਡਾਂਸਿੰਗ ਗਾਣੇ ਵੀ ਹੈ ਕਈ, ਬਟ ਆਪਾਂ ਉਹਦਾ ਜ਼ਿਕਰ ਕਰਾਂਗੇ ਕਿਸ ਦਿਨ, ਫਿਰ ਆਵਾਂਗੇ ਅਤੇ ਉਹਦੀ ਪ੍ਰੈਸ ਕਾਨਫਰੰਸ ਕਰਾਂਗੇ। ਮੇਰੇ ਖਿਆਲ 'ਚ ਨਾ ਪੋਲੀਟਿਕਸ ਵਿੱਚ ਕਦੀ ਨਹੀਂ ਕਲਾਕਾਰਾਂ ਨੂੰ ਆਉਣਾ ਚਾਹੀਦਾ। ਮੇਰਾ ਵੀ ਹੁਣ ਪਿੱਛੇ ਜਿਹੀ ਰੌਲਾ ਪਾ ਦਿੱਤਾ ਸੀਗਾ ਲੋਕਾਂ ਨੇ ਵੀ ਮੈਂ ਲੜ ਰਿਹਾ, ਪਰ ਮੈਂ ਤਾਂ ਕਦੀ ਵੀ ਨਹੀਂ ਲੜ ਰਿਹਾ। ਚਲੋ ਇਹ ਵੀ ਅੱਛਾ ਹੋ ਗਿਆ ਕਿ ਤੁਸੀਂ ਅੱਜ ਮੀਡੀਆ, ਮੈਂ ਰੀਲ ਬਣਾਉਣਾ ਚਾਹੁੰਦਾ ਸੀ ਇਹਦੀ, ਅੱਜ ਮੀਡੀਆ ਸਾਰਾ ਇਕੱਠਾ ਹੋਇਆ, ਕਦੀ ਵੀ ਨਹੀਂ ਲੜਨਾ ਚਾਹੁੰਦਾ। ਉਹਦਾ ਕਾਰਨ ਕੀ ਹੈ ਕਿ ਮੈਨੂੰ ਲੱਗਦਾ ਕਲਾਕਾਰ ਜਿਹੜਾ ਸਮਾਜ ਵਾਸਤੇ ਕੰਮ ਨਹੀਂ ਕਰ ਸਕਦਾ, ਉਹਦੀ ਆਦਤ ਨਹੀਂ ਹੁੰਦੀ, ਉਹਦੇ ਵਾਸਤੇ ਅਲੱਗ ਤਰ੍ਹਾਂ ਦਾ ਇੱਕ ਮਾਇੰਡਸੈਟ ਹੁੰਦਾ, ਅਲੱਗ ਤਰ੍ਹਾਂ ਦਾ ਇੱਕ ਤੁਹਾਡਾ ਜੀਵਨ ਹੁੰਦਾ, ਅਤੇ ਨਾ ਹੀ ਉਹਦਾ ਕੋਈ ਮੈਨੂੰ ਲੱਗਦਾ ਉਹਦਾ ਕੰਮ ਹੀ ਨਹੀਂ ਹੈ। ਕਲਾਕਾਰ ਨੂੰ ਨਹੀਂ ਆਉਣਾ ਚਾਹੀਦਾ। ਮੈਂ ਬਹੁਤ ਕਲਾਕਾਰਾਂ ਨੂੰ ਦੇਖਿਆ, ਮੈਂ ਨਾਮ ਨਹੀਂ ਲਵਾਂਗਾ ਇੱਥੇ, ਕੰਟਰੋਵਰਸੀ ਹੋਏਗੀ, ਬਹੁਤ ਕਲਾਕਾਰ ਜਿਹੜੇ ਆਏ ਨੇ ਈਵਨ ਗੁਰਦਾਸਪੁਰ 'ਚ, ਈਵਨ ਅੰਮ੍ਰਿਤਸਰ 'ਚ, ਇੱਧਰ ਉੱਧਰ, ਪਰ ਉਹਨਾਂ ਨੇ ਕੀਤਾ ਕੁਛ ਨਹੀਂ। ਸੋ ਕਲਾਕਾਰਾਂ ਨੂੰ ਨਹੀਂ ਆਉਣਾ ਚਾਹੀਦਾ, ਉਹੀ ਆਉਣ ਜਿਹੜੇ ਲੋਕ ਕੰਮ ਕਰ ਸਕਦੇ। ਭਾਅ ਜੀ ਨਸ਼ਾ ਤਾਂ ਹੁਣ ਦੇਖੋ ਪਿੱਛੋਂ ਹੀ ਬੰਦ ਕਰਨਾ ਪੈਣਾ, ਸਰਕਾਰਾਂ ਹੀ ਬੰਦ ਕਰ ਸਕਦੀਆਂ, ਸਰਕਾਰਾਂ ਹੀ ਡੱਕੇ ਲਾ ਸਕਦੀਆਂ, ਸਰਕਾਰਾਂ ਪੋਲਿਸੀਜ਼ ਬਣਾ ਸਕਦੀਆਂ ਕਲਚਰ 'ਤੇ ਵੀ, ਨਸ਼ਿਆਂ 'ਤੇ ਵੀ, ਉਹ ਪੋਲਿਸੀ ਬਣਾ ਕੇ ਵਧੀਆ ਅਫਸਰ ਲੱਗਣ ਜਿਹੜੇ ਕਰਪਟ ਨਾ ਹੋਣ, ਜਿਹੜੇ ਹਰ ਤਰੀਕੇ ਨਾਲ ਨਿਪੁੰਨਤਾ ਦੇ ਨਾਲ ਕੰਮ ਕਰਨ ਅਤੇ ਨਿਡਰਤਾ ਦੇ ਨਾਲ ਕੰਮ ਕਰਨ, ਅਤੇ ਨਸ਼ੇ 'ਤੇ ਖਤਮ ਕਰਨਾ ਕੋਈ ਮਤਲਬ ਵੱਡੀ ਗੱਲ ਹੈ ਨਹੀਂ। ਸਰਕਾਰ ਜਦੋਂ ਚਾਹੇਗੀ ਜੋ ਖਤਮ ਕਰਨਾ ਉਹ ਖਤਮ ਕਰ ਸਕਦੀ।